ਯਾਰ ਮੇਰੇ ਪਿਆਰੇ ਦੋਸਤੋ, ਪੰਜਾਬ ਵਾਸੀਓ, ਇੱਕ ਜਿਹੜਾ ਤੁਹਾਨੂੰ ਬੜਾ ਕਰੇਜ਼ ਹੈ ਵੀ ਜਦੋਂ ਕਿਤੇ ਸਰਕਾਰ ਬਦਲਦੀ, ਦੂਜਾ ਕਹਿੰਦਾ ਮੇਰੀ ਸਰਕਾਰ ਆ ਗਈ, ਸਭ ਤੋਂ ਪਹਿਲਾਂ ਕੰਮ ਕਹਿੰਦੇ ਜੀ ਮੈਨੂੰ ਲਾਇਸੈਂਸ ਬਣਾ ਦੇ। ਆਹ ਕਰਮਾਲੀ ਨੂੰ ਮੇਰੇ ਖਿਆਲ ਲੈਂਦੇ ਆਪਾਂ ਆਪਣੀ ਰਾਖੀ ਕਰ ਲਈ ਹਾਂ, ਪਰ ਸਾਰੀ ਉਮਰ ਇਹਦੀ ਰਾਖੀ ਕਰਨੀ ਪੈਂਦੀ ਹੈ। ਅੱਜ 9 ਮਹੀਨਿਆਂ ਬਾਅਦ ਇਹਨੂੰ ਲੈ ਕੇ ਚੱਲਿਆ, ਜੰਗਾਲ ਨਾਲ ਖਾਧੀ ਪੀ ਨੂੰ ਸਾਫ਼ ਕਰਾਂਗਾ, ਦੇਣਾ ਇਹਨੇ ਫੇਰ ਨਹੀਂ ਕੁਛ, ਦੁੱਧ ਦਿੰਦੀ ਨਹੀਂ। ਦੁੱਧ ਤਾਂ ਮੇਰਾ ਵੀਰ ਜੈਬ ਦੱਸ ਰਿਹਾ ਕਿ ਵੀ ਇਹਦੇ ਨਾਲੋਂ ਤਾਂ ਜਿਹੜੀਆਂ ਹੁਣ ਫੀਸਾਂ ਭਰਦੇ ਹੋ, 2500 ਰੁਪਇਆ ਨਵੀਨ ਦੀ ਫੀਸ ਹੈ, 1500 ਡੋਪ ਟੈਸਟ ਦੀ ਹੈ, ਹੋਰ ਇੱਧਰ ਉੱਧਰ ਕਿਰਾਇਆ ਕਰੂਆ ਪਾ ਕੇ ਰੁਪਇਆ 7-8 ਹਜ਼ਾਰ ਨੂੰ ਰਿਨਿਊ ਕਰਾਉਣਾ ਪੈ ਜਾਂਦਾ, ਅਸਲਾ ਲੈਣਾ ਤਾਂ ਵੱਖਰੀ ਗੱਲ। ਅਤੇ ਇਹ ਦੱਸ ਰਿਹਾ ਕਿ 5000-7 ਦੀ ਧਨੌਲੇ ਦੀ ਬੱਕਰੀ ਆਉਂਦੀ ਹੈ ਜੈਬ, ਕਹਿੰਦਾ ਬੀਟਲ ਨਸਰ ਦੀ, ਅਤੇ ਉਹ 3 ਮੇਮਣੇ ਦਿੰਦੀ ਹੈ, ਅਤੇ 3 ਮੇਮਣੇ 6 ਮਹੀਨਿਆਂ ਬਾਅਦ 10-12 ਹਜ਼ਾਰ ਰੁਪਏ ਦਾ ਪ੍ਰੋਫਿਟ, 25,000 ਰੁਪਏ ਨੂੰ ਕਿੱਥੇ ਤਾਂ 25 ਦੀ ਇਨਕਮ, ਅਤੇ ਕਿੱਥੇ ਇਹ ਲਿਆ ਕੇ ਰੱਖ ਕੇ। ਮੈਂ ਕਹਿੰਦਾ ਜੇ ਘਰੇ ਕਿਤੇ ਕੋਈ ਕਲੇਸ਼ ਪੈ ਜਾਵੇ, ਉਹਦੇ ਘਰ ਦੇ ਪਰਿਵਾਰ ਦਾ ਨੁਕਸਾਨ ਤਾਂ ਭਾਵੇਂ ਕਰ ਲਈਏ, ਪਰ ਕਿਸੇ ਦੁਸ਼ਮਣ ਨੂੰ ਨਹੀਂ ਮਾਰ ਸਕਦੇ, ਸਾਰੀ ਉਮਰ ਰਾਖੀ ਇਹਦੀ ਕਰਾਂਗੇ। ਸੋ ਮੇਰੀ ਸਾਰੇ ਭਰਾਵਾਂ ਨੂੰ ਬੇਨਤੀ ਹੈ, ਸਾਡੇ SP ਸਾਹਿਬ ਸਰਦਾਰ ਕੇਸਰ ਸਿੰਘ ਵੀ ਜਦੋਂ ਕੋਈ ਲਾਇਸੈਂਸ ਬਣਾਉਣ ਆਉਂਦਾ ਸੀ, ਇਹਨਾਂ ਨੂੰ ਕਹਿੰਦਾ ਨਹੀਂ ਮੱਝ ਹੈਗੀ ਹੈ, ਜੇ ਤਾਂ ਕੋਈ ਕਹਿ ਦਿੰਦਾ ਨਹੀਂ, ਉਹ ਕਹਿੰਦਾ ਮੱਝ ਲੈ ਲਾ ਜਵਾਕਾਂ ਨੂੰ ਦੁੱਧ ਪਿਆਰੀ, ਅਤੇ ਜੇ ਕਹਿੰਦਾ ਸੀ ਇੱਕ ਹੈਗੀ ਹੈ ਤਾਂ ਉਹ ਕਹਿੰਦਾ ਇੱਕ ਹੋਰ ਲੈ ਲਾ, ਇਹਦੇ ਤੋਂ ਕੀ ਕਰਾਉਣਾ, ਇਹਨੇ ਦੁੱਧ ਨਹੀਂ ਦੇਣਾ। ਸਾਡੀ ਜਿਹੜੀ ਮਾਨਸਿਕ, ਤਾਂ ਮੈਂ ਵੀ ਗਲਤੀ ਕੀਤੀ ਹੋਈ ਹੈ, ਪਰ ਅੱਗੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਇਹ ਗਲਤੀ ਨਾ ਕਰਿਆ ਕਰੋ, ਲਾਇਸੈਂਸ ਲੈਣ ਵਾਲੀ ਹੋਰ ਕੋਈ ਕੰਮ ਲੈ ਲਓ, ਜਿਵੇਂ ਪਹਿਲਾਂ ਕਹਿੰਦੇ ਤਾਂ ਇੱਕ ਵਾਰੀ ਸਰਕਾਰ ਬਣੀ ਪਤਾ ਨਹੀਂ ਕਿਹੜੀ, ਅਤੇ ਉਸ ਟਾਈਮ ਦਾ ਜਿਹੜਾ ਮੁੱਖ ਮੰਤਰੀ ਸੀ ਉਹ ਪੱਟੀ ਆਇਆ, ਅਤੇ ਲੋਕ ਕਹਿੰਦੇ ਸਾਡੀ ਇੱਕ ਮੰਗ ਹੈ, ਅਤੇ ਮੁੱਖ ਮੰਤਰੀ ਸਾਹਿਬ ਸੋਚਦੇ ਸ਼ਾਇਦ ਸਕੂਲ ਮੰਗਣਗੇ, ਕਾਲਜ ਮੰਗਣਗੇ, ਉਹ ਕਹਿੰਦੇ ਜੀ ਸਾਡੇ ਪੱਟੀ ਸਬ ਜੇਲ੍ਹ ਬਣਾ ਦਿਓ, ਸਾਨੂੰ ਮੁਲਾਕਾਤ ਕਰਨ ਅੰਮ੍ਰਿਤਸਰ ਜਾਣਾ ਪੈਂਦਾ, ਅਤੇ ਹੁਣ ਸਾਡੇ ਲੋਕਾਂ ਦੀ ਮੰਗ ਇਹ ਹੁੰਦੀ ਹੈ ਜੀ ਮੇਰਾ 10 ਲਾਲ ਸੰਸ ਬਣਾ ਦਿਓ, ਆਹ ਲੈ ਕੇ ਰੱਖ ਲਓ ਮੌਤ ਕਰੇ, ਜਦੋਂ ਇਹ ਚੱਲਣੀ ਕਿਸੇ ਆਪਦੇ 'ਤੇ ਚੱਲਣੀ ਹੈ, ਗੁੱਸੇ 'ਚ ਆਇਆ ਕੋਈ ਘਰ ਵਾਲੀ ਨੂੰ ਮਾਰ ਪੈਂਦਾ ਜਾਂ ਆਪਦੇ ਮਾਰਦਾ, ਖੁਦਕੁਸ਼ੀ ਕਰ ਲੈਂਦਾ। ਸੋ ਮੇਰੀ ਸਾਰੇ ਮਿੱਤਰਾਂ ਨੂੰ ਬੇਨਤੀ ਹੈ ਵੀ ਭੁੱਲ ਕੇ ਵੀ ਅਸਲਾ ਨਾ ਬਣਾਇਓ, 9-9 ਮਹੀਨੇ ਜਮ੍ਹਾਂ ਪਈ ਰਹੀ ਜੀ, ਕਿਉਂਕਿ ਇਲੈਕਸ਼ਨ ਆ ਹੀ ਰਹਿੰਦੇ ਨਾ, ਫਿਰ 6 ਇਲੈਕਸ਼ਨ, ਫਿਰ ਜਿਮਣੀ ਚੋਣਾਂ ਦਾ ਬੋਝ ਸਾਡੇ 'ਤੇ ਫਿਰ ਪੈਣ ਵਾਲਾ, 6 ਜਿਮਣੀ ਚੋਣਾਂ ਪੰਜਾਬ 'ਚ ਬਿਲਕੁਲ ਤੁਹਾਡੇ 'ਤੇ, ਫਿਰ 30 ਕਰੋੜ ਪ੍ਰਤੀ ਇੱਕ ਚੋਣ ਤੁਹਾਡੇ 'ਤੇ ਫਿਰ ਬੋਝ ਪੈਣਾ, ਅਸਲੇ ਤੁਹਾਡੇ ਫਿਰ ਜਮ੍ਹਾਂ ਹੋਣੇ ਨੇ, ਕਾਹਦੇ ਲਈ ਐਵੇਂ ਲੈ ਕੇ ਭਾਰ ਬੰਨ ਕੇ ਰੱਖ ਲਓ, ਪੈਸੇ ਲਾ ਕੇ ਬੱਕਰੀ ਲਿਆਓ, ਧਨੌਲੇ ਵਾਲੀ ਦੁੱਧ ਪੀਵਾਂਗੇ, ਡੇਂਗੂ ਜਦੋਂ ਹੋ ਜਾਂਦਾ ਬਾਹਲਾ ਮਹਿੰਗਾ ਵਿਕਦਾ ਦੁੱਧ, ਅਤੇ ਨਾਲੇ ਮਿੱਤਰੋ ਇਨਕਮ 3-3 ਮੇਮਣੇ ਦਿੰਦੀ ਹੈ, ਸਿਆਲ 'ਚ ਇੱਕ ਅੱਧੇ ਦਾ 4 ਪਾਇਆ, ਵੀ ਕਿਆ ਆਨੰਦ ਹੈ। ਮੈਂ ਸਾਰਿਆਂ ਨੂੰ ਬੇਨਤੀ ਹੈ, ਸਤਿ ਸ੍ਰੀ ਅਕਾਲ। Awarded for India's Best Islets Business Partner 2017-18 for British Council, Platinum Plus Partner 2017-18, Pearson PTE Academic, Platinum Certification 2019-2020, Cambridge University Press, Certified Partner 2019-2020, Courses Available, Islets, PTE, CD Islets, CLPIP, Basic, Spoken.